ਇਸ ਯੂਅਰ ਬੋਡੀ ਹੋਰੀ ਬਾਬਾ। ਜਿਹੜੀ ਆਪਾਂ ਹੁਣ ਗੱਲਾਂ ਹੀ ਕਰ ਰਹੇ ਹਾਂ ਉਹਦਾ ਕੋਈ ਫਾਇਦਾ ਨਹੀਂ ਜਿਹੜੇ ਬੰਦੇ ਇਸ ਸਮਾਜ 'ਚ ਇਨਫਲੂਐਂਸਰਸ ਆ। ਦੋਸਤੋ, ਜਿਵੇਂ ਆਪਾਂ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੇ ਲੋਕ ਚਿੰਤਤ ਆ, ਪਰੇਸ਼ਾਨ ਆ ਅਤੇ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਆ। ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਵੀ 21 ਦਿਨ ਦਾ ਲੋਕਡਾਊਨ ਆ ਅਤੇ ਨਾਲ ਦੀ ਨਾਲ ਪੰਜਾਬ ਵਿੱਚ 31 ਮਾਰਚ ਤੱਕ ਕਰਫਿਊ ਆ। ਸੋ ਇਸੇ ਕਾਰਨ ਲੋਕਾਂ ਨੂੰ ਰਾਸ਼ਨ ਪਾਣੀ ਦੀ ਵੀ ਕਾਫ਼ੀ ਜ਼ਿਆਦਾ ਤੰਗੀ ਆ ਰਹੀ ਆ। ਸੋ ਲੋਕ ਇਸ ਕਾਰਨ ਪਰੇਸ਼ਾਨ ਵੀ ਆ। ਅਤੇ ਦੋਸਤੋ, ਜਿਵੇਂ ਆਪਾਂ ਜਾਣਦੇ ਹਾਂ ਕਿ ਅਕਸਰ ਹੀ ਅਲੱਗ ਅਲੱਗ ਸੈਲੀਬ੍ਰਿਟੀਜ਼ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਕੋਰੋਨਾ ਵਾਇਰਸ ਬਾਰੇ ਅਤੇ ਆਪਣੇ ਮੈਸੇਜ ਦਿੰਦੇ ਰਹਿੰਦੇ ਆ। ਹੁਣ ਦੋਸਤੋ, ਪੰਜਾਬੀ ਐਕਟਰ ਦੀਪ ਸਿੱਧੂ, ਜਿਨ੍ਹਾਂ ਦੀ ਫਿਲਮ ਜੋਰਾ 10 ਨੰਬਰ ਹੀ ਅਤੇ ਜੋਰਾ ਦੀ ਸੈਕਿੰਡ ਚੈਪਟਰ ਬਹੁਤ ਜ਼ਿਆਦਾ ਸੁਪਰ ਹਿੱਟ ਰਹੀ, ਉਹ ਵੀ ਪਿਛਲੇ ਦਿਨੀ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋਏ ਅਤੇ ਉਹਨਾਂ ਨੇ ਸਰਕਾਰ ਨੂੰ ਵੀ ਕਾਫ਼ੀ ਖਰੀਆਂ ਸੁਣਾਈਆਂ ਅਤੇ ਨਾਲ ਦੀ ਨਾਲ ਲੋਕਾਂ ਨੂੰ ਮੈਸੇਜ ਵੀ ਦਿੱਤਾ। ਸੋ ਆਓ ਸਭ ਤੋਂ ਪਹਿਲਾਂ ਆਪਾਂ ਦੀਪ ਸਿੱਧੂ ਦਾ ਉਹ ਲਾਈਵ ਵੀਡੀਓ ਦੇਖ ਲੈਂਦੇ ਹਾਂ। ਕੀ ਹਾਲ ਚਾਲ ਆ ਜੀ, ਗੱਲ ਕਰਦੇ ਹਾਂ ਅੱਜ ਤੁਹਾਡੇ ਨਾਲ ਕਿਰਦਾਰਾਂ 'ਤੇ, ਸਾਡੇ ਕਿਰਦਾਰਾਂ 'ਤੇ, ਜਿਹੜੀ ਬੜੀ ਜ਼ਰੂਰੀ ਆ ਗੱਲ ਕਰਨੀ ਇਸ ਗੱਲ 'ਤੇ। ਗੱਲ ਇਸ ਕਰਕੇ ਜ਼ਰੂਰੀ ਆ, ਕਿਰਦਾਰਾਂ ਦੀ ਗੱਲ ਕਰਨੀ ਇਸ ਕਰਕੇ ਜ਼ਰੂਰੀ ਆ ਵੀ ਮੈਂ ਕੁਛ ਵੀਡੀਓਜ਼ ਦੇਖ ਰਿਹਾ ਸੀ, ਉਹਨਾਂ ਵੀਡੀਓਜ਼ 'ਚ ਇੱਕ ਕੋਈ ਪੰਜਾਬ 'ਚ ਸਰਕਾਰ ਨੇ ਜਾਂ ਕਿਸੇ ਨੇ ਰਾਸ਼ਨ ਵੰਡਿਆ ਹੋਣਾ ਕਿਸੇ ਨੂੰ, ਉਹ ਬਾਈ ਦਿਖਾ ਰਿਹਾ ਵੀ ਆਹ ਦੇਖੋ ਜੀ ਦਾਲ, ਇਹ 10 ਕੁ ਰੁਪਈਆਂ ਦੀ ਦਾਲ ਆ। ਫਿਰ ਉਹ ਦਿਖਾ ਰਿਹਾ ਦੇਖੋ ਜੀ 400 ਗ੍ਰਾਮ ਖੰਡ ਦੇ ਗਏ ਅਤੇ ਸਾਨੂੰ ਮੁੜ ਕੇ ਛੋਲੇ ਦੇ ਗਏ, ਸਾਨੂੰ ਆਟਾ ਦੇ ਗਏ ਜੀ 5 ਕਿਲੋ, ਅਤੇ ਇਹਦਾ ਕੀ ਕਰੀਏ ਜੀ ਅਸੀਂ, ਅਤੇ ਇਹ ਸਾਡੀ ਮਾਨਸਿਕਤਾ ਹੋ ਰੱਖੀ ਆ। ਐਂਡ ਇੱਕ ਹੋਰ, ਮੈਂ ਗਿੱਲ ਸਾਹਿਬ ਨਾਲ ਗੱਲ ਕਰ ਰਿਹਾ ਸੀ, ਉਹਨਾਂ ਨੇ ਮੈਨੂੰ ਗੱਲ ਦੱਸੀ ਵੀ ਕਿਤੇ ਕਿਸੇ ਨੇ SSP ਨੂੰ ਫੋਨ ਕਰਤਾ, SSP ਨੂੰ ਫੋਨ ਕਰਕੇ ਕਹਿੰਦਾ ਜੀ ਸਾਨੂੰ, ਅਸੀਂ ਭੁੱਖੇ ਮਰੀ ਜਾਂਦੇ ਹਾਂ ਅਤੇ ਸਾਨੂੰ ਕੁਛ ਖਾਣ ਪੀਣ ਦਾ ਸਮਾਨ ਦੇ ਕੇ ਜਾਓ। ਉਹਨੇ ਆਪਦੇ ਮੁਲਾਜ਼ਮ ਘਰ ਭੇਜਤੇ ਖਾਣ ਪੀਣ ਦਾ ਸਮਾਨ ਦੇ ਕੇ। ਉਹਨਾਂ ਦੇ ਘਰ ਜਾ ਕੇ ਜਦੋਂ ਦੇਖਿਆ, ਸੋ ਹਫ਼ਤੇ ਦਾ ਰਾਸ਼ਨ ਉਸ ਬੰਦੇ ਦੇ ਘਰ ਪਿਆ ਸੀ। ਹੁਣ ਉਦੋਂ ਬਾਅਦ ਉਹਨਾਂ ਨੂੰ ਪੁੱਛਿਆ ਵੀ ਆਹ ਤੁਹਾਡੇ ਕੋਲ ਤਾਂ ਸਭ ਕੁਛ ਪਿਆ, ਅਤੇ ਉਹ ਆ ਕੇ ਕੱਚੇ ਜੇ ਹੋ ਗਏ ਅਤੇ ਮਾਫੀਆਂ ਮੰਗੀ ਜਾਣ। ਸੋ ਜੇ ਸਾਡੇ ਕਿਰਦਾਰ ਇਸ ਹੱਦ ਤੱਕ ਗਿਰ ਚੁੱਕੇ ਆ ਵੀ ਅਸੀਂ ਇਹੀ ਸੋਚਣ ਲੱਗ ਗਏ ਵੀ ਬਸ ਅਸੀਂ ਰੱਜ ਜਾਈਏ ਅਤੇ ਨਾਲ ਵਾਲਾ ਚਾਹੇ ਭੁੱਖਾ ਮਰ ਜੇ, ਫਿਰ ਮਿੱਤਰੋ ਕੁਛ ਨਹੀਂ ਹੋ ਸਕਦਾ, ਕਿਉਂਕਿ ਗੱਲ ਕਿਰਦਾਰਾਂ ਦੀ ਆ, ਗੱਲ ਸਰਕਾਰਾਂ ਦੀ ਵੀ ਆ। ਉਹ ਸਰਕਾਰਾਂ ਦੀ ਗੱਲ ਐਂ ਆ ਵੀ ਹੁਣ ਸੈਂਟਰ ਸਰਕਾਰ ਜਾਂ ਮੋਦੀ ਪੈਸੇ ਮੰਗੀ ਜਾਂਦਾ ਕਿ ਸਰਕਾਰ ਨੂੰ ਪੈਸੇ ਚਾਹੀਦੇ ਆ, ਪੈਸੇ ਚਾਹੀਦੇ ਆ, ਇਹ ਇਹ ਆਪਸ 'ਚ ਬੜੀ ਬੜੀ ਇੰਟਰ ਰਿਲੇਟਿਡ ਗੱਲ ਆ, ਇਹ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਈਚ ਅਦਰ ਆ ਇਹ ਕਿਰਦਾਰ ਅਤੇ ਸਰਕਾਰ ਆ ਕਿ ਸਾਨੂੰ ਪੈਸੇ ਚਾਹੀਦੇ ਆ ਜੀ, ਸਰਕਾਰ ਨੂੰ ਪੈਸੇ ਭੇਜੋ ਵੀ ਸਰਕਾਰ ਤਾਂ ਸਾਲਿਓ 300,000 ਕਰੋੜ ਦੇ ਬੁੱਤ ਬਣਾਈ ਜਾਂਦੀ ਆ ਅਤੇ ਉਹ ਬੁੱਤ ਵੇਚ ਕੇ ਪੈਸੇ ਵੱਟ ਲਓ ਨਾ, ਉੱਥੇ ਜੇ 3,000 ਕਰੋੜ ਲਾਇਆ ਛੇਕੜ 2,500 ਕਰੋੜ ਹੀ ਵਾਪਸ ਮੁੜਿਆ ਬਈ। ਸੋ ਹੁਣ ਤੁਹਾਨੂੰ ਪੈਸੇ ਚਾਹੀਦੇ ਆ ਜਦੋਂ ਤੁਸੀਂ ਲੋਕਾਂ ਦੀ ਮਦਦ ਕਰਨੀ ਆ, ਜਿਹੜੇ ਲੋਕਾਂ ਨੇ ਤੁਹਾਨੂੰ ਆਪਦੇ ਟੈਕਸ ਟੁਕਸ ਦੇ ਸਾਡੇ ਅਰਗੇ ਮਾੜੇ ਮੋਟੇ ਪੈਸੇ ਦਿੰਦੇ ਆ, ਉਹ ਤੁਸੀਂ ਮੂਰਤੀਆਂ ਬਣਾਉਣ 'ਤੇ ਲਾ ਦਿੰਦੇ ਹੋ ਜਾਂ ਕੋਈ ਧਾਰਮਿਕ ਸਥਾਨਾਂ 'ਤੇ ਲਾ ਦਿੰਦੇ ਹੋ, ਉਦੋਂ ਤੁਹਾਡੇ ਹਸਪਤਾਲ ਯਾਦ ਨਹੀਂ ਆਉਂਦੇ ਜਾਂ ਲੋਕ ਭਲਾਈ ਯਾਦ ਨਹੀਂ ਆਉਂਦੇ ਜਾਂ ਇਹ ਨਹੀਂ ਯਾਦ ਆਉਂਦਾ ਵੀ ਕੋਈ ਅਸੀਂ ਇਹੋ ਜਿਹੀਆਂ ਸਕੀਮਾਂ ਜਾਂ ਸੰਸਥਾ 'ਚ ਚਲਾ ਲਈਏ ਜਿੱਥੇ ਲੋਕ ਭਲਾਈ ਦੇ ਕੰਮ ਕਰ ਸਕਣ। ਸੋ ਤੁਸੀਂ 8 ਵਜੇ ਲਾਈਵ ਹੁੰਦੇ ਹੋ, ਆ ਕੇ ਮੈਂ 8 ਵਜੇ ਲਾਈਵ ਹੁੰਦਾ ਜੀ, 12 ਵਜੇ ਮੈਂ ਸਾਰਾ ਦੇਸ਼ ਬੰਦ ਕਰ ਦੇਣਾ। ਤੁਹਾਡੇ ਕੋਲ ਕੋਈ ਪਲੈਨਿੰਗ ਨਹੀਂ ਆ, ਤੁਸੀਂ ਇਹ ਨਹੀਂ ਸੋਚਿਆ ਵੀ 4 ਘੰਟਿਆਂ ਦੇ ਵਿੱਚ ਵਿੱਚ ਇਸ ਐਡੇ ਵੱਡੇ ਦੇਸ਼ ਦੀ ਐਡੀ ਜਿਹੜੀ ਵਸੋਂ ਆ ਸਾਡੀ ਉਹ ਜਾਊਗੀ, ਉਹ ਆਪਦਾ ਖਿਆਲ ਕਿਵੇਂ ਕਰੂਗੀ। ਉਹ ਕਿਤੇ ਮਜ਼ਦੂਰ ਲੋਕ ਆ, ਦਿੱਲੀ 'ਚ ਮੈਂ ਵੀਡੀਓ ਦੇਖੀ ਜਾਂਦਾ ਸੀ, ਘੱਟੋ ਘੱਟ 1,50,000-2 ਲੱਖ ਬੰਦਾ ਅਬਲੇ ਜ਼ਿਆਦਾ ਹੀ ਹੋਊਗਾ ਮੈਨੂੰ ਲੱਗਦਾ। ਸੋ ਉਹ ਬੈਠੇ ਆ ਵਿਚਾਰੇ 3-4 ਦਿਨ ਘਰ ਬੈਠੇ ਰਹੇ, ਉਦੋਂ ਬਾਅਦ ਘਰੋਂ ਨਿਕਲੇ ਤਾਂ ਤੁਸੀਂ ਉਹਨਾਂ ਦੇ ਡੰਡੇ ਮਾਰਨ ਲੱਗ ਗਏ, ਡੰਡੇ ਐਂ ਮਾਰਨ ਲੱਗ ਗਿਆ ਕਿ ਤੁਸੀਂ ਕਿਉਂ ਨਿਕਲੇ ਹੋ। ਉਹ ਕਹਿੰਦੇ ਜੀ ਸਾਡੇ ਕੋਲ ਨਾ ਰਹਿਣ ਦੀ ਜਗ੍ਹਾ, ਨਾ ਸਾਡੇ ਕੋਲ ਕੁਛ ਖਾਣ ਨੂੰ ਆ, ਹੁਣ ਅਸੀਂ ਕੀ ਕਰੀਏ। ਅਸੀਂ 4 ਦਿਨ ਕੱਟੇ, ਉਦੋਂ ਬਾਅਦ ਆਪਦੇ ਆਪਦੇ ਘਰਾਂ ਨੂੰ ਹੋ ਲਏ, ਘਰਾਂ ਨੂੰ ਹੋਣ ਦਾ ਜਾਣ ਦਾ ਉਹਨਾਂ ਦਾ ਕੋਈ ਸਾਧਨ ਨਹੀਂ ਆ। ਉਹਨਾਂ ਨੇ ਤੁਹਾਡੀਆਂ ਦਿੱਲੀ 'ਚ ਬਿਲਡਿੰਗਾਂ ਬਣਾਈਆਂ, ਉਹਨਾਂ ਨੇ ਤੁਹਾਡੀ ਰੋਡਸ ਬਣਾਈਆਂ, ਉਹ ਤੁਹਾਡੇ ਫੈਕਟਰੀਜ਼ ਰਨ ਕਰਦੇ ਆ, ਅਤੇ ਉਹਨਾਂ ਦੇ ਤੁਸੀਂ ਹੁਣ ਡੰਡੇ ਮਾਰਦੇ ਹੋ, ਪਲੈਨਿੰਗ ਤੁਹਾਡੀ ਫੇਲ ਆ ਆਪਦੀ। ਸੋ ਹੁਣ ਇਹ ਤਾਂ ਸਾਡੀਆਂ ਸਰਕਾਰਾਂ,
ਕਿਉਂਕਿ ਇਹ ਸਰਕਾਰਾਂ ਅਸੀਂ ਚੁਣਦੇ ਹਾਂ ਜਿਹੜੇ ਸਾਡੇ ਕਿਰਦਾਰ ਆ ਉਹ ਇੰਨੇ ਜ਼ਿਆਦਾ ਸੈਲਫ ਸੈਂਟਰਡ ਕਿਰਦਾਰ ਆ ਜਾਂ ਅਸੀਂ ਆਪਦੇ ਆਪ ਨੂੰ ਇੰਨਾ ਜ਼ਿਆਦਾ ਸੈਲਫਿਸ਼ ਕਰ ਲਿਆ, ਸਾਨੂੰ ਨਾਲ ਦੇ ਵਾਲੇ ਦੀ ਕੋਈ ਪਰਵਾਹ ਨਹੀਂ, ਸਾਨੂੰ ਆਏ ਹਾਂ ਇਹ ਨਹੀਂ ਵੀ ਅਸੀਂ ਅਗਲੇ ਨੂੰ ਹੱਥ ਫੜਾਈਏ ਆਪਦਾ ਜਾਂ ਉਹਦਾ ਹੱਥ ਫੜੀਏ, ਸਾਨੂੰ ਆਏ ਹਾਂ ਵੀ ਸਾਡੇ ਘਰ ਭਰੇ ਰਹਿਣ, ਅਗਲਾ ਭੁੱਖਾ ਮਰੀ ਜਾਵੇ ਸਾਨੂੰ ਕੋਈ ਮਤਲਬ ਨਹੀਂ ਇਸ ਗੱਲ ਤੋਂ। ਸੋ ਮੈਨੂੰ ਐਂ ਲੱਗਦਾ ਵੀ ਚਲੋ ਕਰੋਨਾ ਨਾਲ ਤਾਂ ਆਪਾਂ ਨਜਿੱਠ ਲਾਂਗੇ, ਇਹਦੇ ਨਾਲ ਲੜ ਲਾਂਗੇ, ਹੈ ਨਾ, ਅਤੇ ਆਪਦੇ ਕਿਰਦਾਰਾਂ 'ਤੇ ਕੰਮ ਕਰੋ। ਕਿਰਦਾਰਾਂ 'ਤੇ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹੀ ਕਿਰਦਾਰ ਸਰਕਾਰ ਚੁਣਦੇ ਆ। ਸੋ ਗੱਲ ਇੱਥੇ ਸਰਕਾਰ ਦੀ ਨਹੀਂ ਕਰ ਰਹੇ ਆਪਾਂ, ਗੱਲ ਸਿਰਫ ਲੋਕ ਭਲਾਈ ਦੀ ਕੀਤੀ ਜਾ ਰਹੀ ਆ। ਲੋਕ ਭਲਾਈ ਵਾਸਤੇ ਮੈਨੂੰ ਲੱਗਦਾ ਸਰਕਾਰ ਕੋਲ ਵੀ ਸਾਡੇ 'ਚ ਵੀ ਇੱਕ ਵਿਲ ਹੋਣੀ ਚਾਹੀਦੀ ਆ, ਸਰਕਾਰ ਕੋਲ ਪੋਲੀਟੀਕਲ ਵਿਲ ਹੋਣੀ ਚਾਹੀਦੀ ਆ। ਜਦੋਂ ਤੱਕ ਉਹ ਪੋਲੀਟੀਕਲ ਵਿਲ ਨਹੀਂ ਹੋਊਗੀ ਸਰਕਾਰ ਕੁਛ ਨਹੀਂ ਕਰ ਸਕਦੀ, ਜਦੋਂ ਤੱਕ ਸਾਡੇ ਕੋਲ ਅੰਦਰ ਉਹ ਜਜ਼ਬਾ ਨਹੀਂ ਹੋਊਗਾ ਅਸੀਂ ਕੁਛ ਨਹੀਂ ਕਰ ਸਕਦੇ। ਸੋ ਇਹ ਬੜੀ ਇਸ ਲਈ ਇਹ ਗੱਲ ਬੜੀ ਇੰਟਰ ਰਿਲੇਟਡ ਆ। ਮੈਂ ਇਹ ਵੀ ਕਹਿੰਦਾ ਵੀ ਹੁਣ ਦੇਖੋ ਜੀ, ਆ ਟਾਟਾ ਨੇ 1,000 ਕਰੋੜ ਪ੍ਰਾਈਮ ਮਿਨਿਸਟਰ ਰਿਲੀਫ ਫੰਡ 'ਚ ਦਿੱਤਾ, ਅਕਸ਼ੇ ਕੁਮਾਰ ਨੇ 25 ਕਰੋੜ ਰਿਲੀਫ ਫੰਡ 'ਚ ਦਿੱਤਾ। ਬਾਈ ਜੀ ਇਹ ਸਾਨੂੰ ਪਤਾ ਹੀ ਨਹੀਂ ਕਿੱਥੇ ਜਾਣਾ ਇਸ ਪੈਸੇ ਨੇ, ਇਹ ਸਾਨੂੰ ਜਮ੍ਹਾਂ ਹੀ ਨਹੀਂ ਪਤਾ ਇਸ ਪੈਸੇ ਨੇ ਕਿੱਥੇ ਜਾਣਾ। ਇਹਨੇ ਕਿਸੇ ਮੂਰਤੀਆਂ 'ਤੇ ਲੱਗਣਾ ਕਿ ਇਹਨੇ ਕਿਸੇ ਧਾਰਮਿਕ ਸਥਾਨ 'ਤੇ ਲੱਗਣਾ ਜਾਂ ਇਹਨੇ ਕਿਸੇ ਹੋਰ ਕੰਮ 'ਚ ਆਉਣਾ, ਸਾਨੂੰ ਨਹੀਂ ਪਤਾ। ਸਰਕਾਰ ਜਦੋਂ ਪੈਸੇ ਮੰਗਦੀ ਆ ਉਦੋਂ ਤਾਂ ਸਾਨੂੰ ਕਹਿੰਦੀ ਆ ਸਰਕਾਰ ਨੂੰ ਪੈਸੇ ਚਾਹੀਦੇ ਆ, ਲੋਕਾਂ ਨੂੰ ਇਹ ਪੁੱਛੋ। ਅਤੇ ਜਦੋਂ ਉਹਨਾਂ ਨੇ ਬੁੱਤਾਂ 'ਤੇ ਲਾਉਣਾ ਹੁੰਦਾ ਉਦੋਂ ਲੋਕਾਂ ਨੂੰ ਨਹੀਂ ਪੁੱਛਿਆ ਜਾਂਦਾ ਵੀ ਤੁਹਾਨੂੰ ਉਹ ਮੂਰਤੀਆਂ ਜਾਂ ਬੁੱਤ ਚਾਹੀਦੇ ਆ। ਨਹੀਂ, ਸਾਨੂੰ ਕੋਈ ਮੂਰਤੀਆਂ ਜਾਂ ਬੁੱਤ ਨਹੀਂ ਚਾਹੀਦੇ, ਸਾਨੂੰ ਐਂ ਲੱਗਦਾ ਵੀ ਤੁਸੀਂ ਹਸਪਤਾਲ ਬਣਾਓ, ਸਾਨੂੰ ਐਂ ਲੱਗਦਾ ਵੀ ਤੁਸੀਂ ਲੋਕ ਭਲਾਈ ਦੇ ਕੰਮ ਕਰੋ, ਸਾਨੂੰ ਐਂ ਲੱਗਦਾ ਤੁਸੀਂ ਪਲੈਨਿੰਗ ਕਰੋ, ਤੁਹਾਡੀ ਸਾਰੀ ਕੈਬਨਿਟ ਇਕੱਠੀ ਹੋਵੇ, ਤੁਹਾਡੀ ਓਪੋਜੀਸ਼ਨ ਇਕੱਠੀ ਹੋਵੇ, ਤੁਸੀਂ ਜਦੋਂ ਕੋਈ ਸਕੀਮ ਬਣਾਓ ਜਾਂ ਲੋਕਡਾਊਨ ਕਰੋ ਕੰਟਰੀ, ਇਸ ਗੱਲ 'ਤੇ ਗੌਰ ਕਰੋ ਵੀ ਅਸੀਂ ਕੰਟਰੀ ਨੂੰ ਲੋਕਡਾਊਨ ਕਰ ਰਹੇ ਹਾਂ ਜੀ, ਤੁਸੀਂ ਆਪਦੇ ਆਪਦੇ ਸਲਾਹ ਦਿਓ। ਉਦੋਂ ਬਾਅਦ ਉਹ ਕੈਬਨਿਟ, ਉਹ ਸਾਰਾ ਜਿਹੜਾ ਤੁਹਾਡਾ ਫੋਰਮ ਆ ਉਹ ਜਾਂ ਤੁਹਾਡੇ IAS ਆਫਿਸਰਸ ਆ ਜਿਹੜੇ ਪਲੈਨਿੰਗ ਕਮਿਸ਼ਨ ਦੇ ਬੰਦੇ ਆ, ਇਸ ਗੱਲ ਨੂੰ ਪ੍ਰੋਪਰ ਪਲੈਨਿੰਗ ਦੇ ਤਹਿਤ ਦੇਸ਼ ਬੰਦ ਕੀਤਾ ਜਾਣਾ ਚਾਹੀਦਾ। ਹੁਣ ਘੱਟੋ ਘੱਟ ਨਹੀਂ ਤਾਂ ਮੈਨੂੰ ਲੱਗਦਾ ਘੱਟੋ ਘੱਟ ਨਹੀਂ ਤਾਂ 1.5-2 ਲੱਖ ਬੰਦਾ ਜਿਹੜਾ ਉਹ UP ਦੀਆਂ ਦਿੱਲੀ ਦੀਆਂ ਸੜਕਾਂ 'ਤੇ ਤੁਰਿਆ ਫਿਰਦਾ। ਹੁਣ ਕਰੋਨਾ ਜਾਂ ਤੁਹਾਡੀ ਪਲੈਨਿੰਗ ਕਿੱਧਰ ਗਈ? ਹੁਣ ਤੁਹਾਡੀ 144 ਸੈਕਸ਼ਨ 144 ਤੁਸੀਂ ਆਲ ਓਵਰ ਦਾ ਕੰਟਰੀ ਐਪਲੀਕੇਬਲ ਕੀਤਾ ਹੋਇਆ, ਜਿਹੜਾ ਲਾਗੂ ਕੀਤਾ ਹੋਇਆ ਜਾਂ ਜਿਹੜਾ ਤੁਸੀਂ ਇਨਵੋਕ ਕੀਤਾ ਹੋਇਆ, ਉਹ ਕਿੱਧਰ ਗਿਆ? ਸੋ ਆਈ ਡੋ ਨੋਟ ਨੋ ਵਟ ਆ ਲੀਡਰਸ ਆਰ ਡੂਇੰਗ। UP ਪ੍ਰਾਈਮ ਮਿਨਿਸਟਰ ਤਾਂ ਗਊਆਂ ਦੇ ਮਾਸਕ ਚੜਾਉਂਦਾ ਫਿਰਦਾ, ਸੋਰੀ ਚੀਫ ਮਿਨਿਸਟਰ ਆਫ UP ਯੋਗੀ, ਉਹ ਤਾਂ ਗਊਆਂ ਦੇ ਮਾਸਕ ਚੜਾਉਂਦਾ ਫਿਰਦਾ, ਸੋ ਉਹਦੀ ਤਾਂ ਆਪਾਂ ਕੀ ਇਹਨਾਂ ਬੰਦਿਆਂ ਤੋਂ ਕੀ ਆਸ ਕਰ ਸਕਦੇ ਹਾਂ। ਐਂਡ ਸੋ ਜਿਵੇਂ ਕਹਿੰਦੇ ਹੁੰਦੇ ਆ ਵੀ ਉੱਧਰੋਂ ਅਮਿਤਾਭ ਬੱਚਨ ਸਾਹਿਬ ਆ ਜਾਂਦੇ ਆ ਲਾਈਵ ਆ ਕੇ ਜੀ ਹੁਣ ਤੁਸੀਂ ਦਿਨ 'ਚ 5-7 ਵਾਰੀ ਹੱਥ ਧੋ ਅਤੇ ਘੱਟੋ ਘੱਟ ਸਾਬਣ ਨਾਲ 20 ਸਕਿੰਟ ਹੱਥ ਧੋਂਦੇ ਰਹੋ। ਵੀ ਐਡੀ ਯਾਰ ਕੋਈ ਗੱਲ ਨਹੀਂ ਆ, ਤੁਸੀਂ ਘਰੇ ਬੈਠੇ ਹੋ, ਕਿਹੜੇ ਹੱਥ ਧੋ, ਤੁਸੀਂ ਘਰੇ ਬੈਠੇ ਹੋ, ਕੋਈ ਐਡੀ ਗੱਲ ਨਹੀਂ ਆ। ਮਾੜੇ ਮੋਟੇ ਚਲੋ ਬੰਦਾ ਬਾਹਰ ਆਉਂਦਾ ਹੱਥ ਧੋ ਲੈਂਦਾ, ਪਰ ਐਂ ਨਾ ਵੀ ਪਾਣੀ ਵਾਲੀ ਤੁਸੀਂ ਧੁੱਕੀ ਕੱਢ ਦਿਉ, ਮੁੜ ਕੇ ਪਾਣੀ ਵੀ ਖਤਮ ਹੋ ਜਾਵੇ ਅਤੇ ਅਸੀਂ ਇਹ ਕਰੋਨਾ ਦੇ ਚੱਕਰ 'ਚ ਹੋਰ ਬਹੁਤ ਚੱਕਰਾਂ 'ਚ ਪੈ ਜਾਈਏ। ਸੋ ਉਹਨੂੰ ਸਾਡਾ ਪ੍ਰਾਈਮ ਮਿਨਿਸਟਰ ਸ਼ੇਅਰ ਕਰਦਾ ਇਹੋ ਜਿਹੀ ਇਨਫੋਰਮੇਸ਼ਨ ਨੂੰ। ਸੋ ਇਹ ਬਾਈ ਜੀ ਘਰਾਂ 'ਚ ਬੈਠ ਕੇ ਹੱਥ ਜੋੜ ਕੇ ਜਿਹੜੀ ਆਪਾਂ ਹੁਣ ਗੱਲਾਂ ਹੀ ਕਰ ਰਹੇ ਹਾਂ ਉਹਦਾ ਕੋਈ ਫਾਇਦਾ ਨਹੀਂ। ਜਿਹੜੇ ਬੰਦੇ ਇਸ ਸਮਾਜ 'ਚ ਇਨਫਲੂਐਂਸਰਸ ਆ, ਇਨਫਲੂਐਂਸਰਸ ਉਹ ਹੁੰਦੇ ਆ ਜਿਹੜੇ ਕੁਛ ਮਾੜਾ ਮੋਟਾ ਚੇਂਜ ਕਰ ਸਕਦੇ ਆ, ਉਹਨਾਂ ਬੰਦਿਆਂ ਨੂੰ ਨਿਕਲਣਾ ਚਾਹੀਦਾ। ਉਹ ਬੰਦੇ ਆਪਦੇ ਆਪਦੇ ਤੌਰ 'ਤੇ ਲੋਕਾਂ ਦੀ ਮਦਦ ਕਰਨ, ਹੱਥ ਨੂੰ ਹੱਥ ਫੜਾਉਣ। ਸੋ ਮੈਨੂੰ ਐਂ ਲੱਗਦਾ ਆਪਦੇ ਕਿਰਦਾਰਾਂ ਨੂੰ ਉੱਚਾ ਕਰੋ, ਕਿਰਦਾਰਾਂ ਨੂੰ ਉੱਚਾ ਕਰਨ ਦੀ ਜ਼ਰੂਰਤ ਆ, ਤਾਂ ਹੀ ਸਹੀ ਸਰਕਾਰਾਂ ਚੁਣੀਆਂ ਜਾ ਸਕਦੀਆਂ। ਨਹੀਂ ਤਾਂ ਇਸ ਦੇਸ਼ ਦਾ ਕੁਛ ਨਹੀਂ ਹੋਣਾ। ਸਾਨੂੰ ਅਸੀਂ ਇੱਕ ਹੋਪ 'ਚ ਬੈਠੇ ਰਹਿੰਦੇ ਹਾਂ ਸਾਡਾ ਦੇਸ਼ ਬੜਾ ਵਧੀਆ ਜੀ, ਸਾਡੀ ਕੌਮ ਬੜੀ ਵਧੀਆ। ਸੋ ਮੈਨੂੰ ਐਂ ਲੱਗਦਾ ਸਾਨੂੰ ਬਹੁਤ ਗਹਿਰੀ ਚਿੰਤਾ ਕਰਨ ਦੀ ਜ਼ਰੂਰਤ ਆ। ਇੱਕ ਵਾਰੀ ਆ ਹੁਣ ਚਲੋ ਆਪਦੇ ਆਪ ਨੂੰ ਇਹ ਗੱਲਾਂ ਦੱਸਣ ਦੀ ਜ਼ਰੂਰਤ ਆ ਦੈਟ ਵੀ ਹੈਵ ਟੂ ਹੈਲਪ ਈਚ ਅਦਰ। ਸਾਡੇ ਕਿਰਦਾਰ ਉੱਚੇ ਕਰੋ, ਇੱਕ ਦੂਜੇ ਦੇ ਮਦਦ ਕਰਨ ਦਾ ਜਜ਼ਬਾ ਲੈ ਕੇ ਆਈਏ, ਅਦਰਵਾਈਜ਼ ਇਟਸ ਗੋਨਾ ਬੀ ਵੈਰੀ ਵੈਰੀ ਡਿਫੀਕਲਟ। ਹਜੇ ਤਾਂ ਸਿਰਫ ਕਰੋਨਾ ਆਇਆ, ਵੀ ਪ੍ਰੋਬਲੀ ਹੈਵ ਟੂ ਫਾਈਟ ਵਿਦ ਲੋਟ ਆਫ ਅਦਰ ਥਿੰਗਸ ਇਨ ਆਰ ਲਾਈਫਸ। ਸੋ ਵੀ ਕੈਨ ਓਨਲੀ ਫਾਈਟ ਇਫ ਵੀ ਆਰ ਟੂਗੈਦਰ ਐਂਡ ਵੀ ਹੈਵ ਦੈਟ ਸਪਿਰਿਟ ਟੂ ਹੈਲਪ ਈਚ ਅਦਰ। ਸੋ ਹਿਊਮੈਨਿਟੀ ਨੂੰ ਸਮਝੋ ਐਂਡ ਲੋਕ ਭਲਾਈ ਨੂੰ ਸਮਝੋ, ਪੋਲੀਟੀਕਲ
ਗੱਲਾਂ ਵੱਖਰੀਆਂ ਹੁੰਦੀਆਂ, ਅਸੀਂ ਪੋਲੀਟੀਕਲ ਗੱਲਾਂ ਇਸ ਟਾਈਮ ਨਹੀਂ ਕਰ ਸਕਦੇ। ਇਸ ਟਾਈਮ ਸਿਰਫ ਲੋਕ ਭਲਾਈ ਦੀ ਗੱਲ ਕਰੋ, ਚਾਹੇ ਸਾਡਾ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਆ, ਚਾਹੇ ਕੋਈ ਸਾਡਾ ਯੂਨੋ ਚੀਫ ਮਿਨਿਸਟਰ ਰਿਲੀਫ ਫੰਡ ਆ, ਜੇ ਕੋਈ ਉਹ ਜਿਹਾ ਫੰਡ ਹੁੰਦਾ ਉਹਨੂੰ ਲੋਕ ਭਲਾਈ ਵਾਸਤੇ ਲਾਇਆ ਜਾਵੇ। ਸੋ ਮੈਨੂੰ ਐਂ ਮੈਨੂੰ ਪਤਾ ਲੱਗਿਆ ਵੀ ਪੰਜਾਬ ਸਰਕਾਰ ਜਾਂ ਪੰਜਾਬ ਦੇ ਸਾਡੇ ਜਿਹੜੇ ਆਫਿਸਰਸ ਆ ਉਹ ਚੰਗਾ ਕੰਮ ਕਰ ਰਹੇ ਆ। ਜੇ ਕਰ ਰਹੇ ਆ ਤਾਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਜੀ। ਤੁਸੀਂ ਲੋਕਾਂ ਦੀ ਹੈਲਪ ਕਰਨੀ ਆ, ਅਸੀਂ ਵੀ ਕਰਾਂਗੇ, ਅਸੀਂ ਆਪਦੇ ਆਪ ਦੇ ਤੌਰ 'ਤੇ ਕਰਾਂਗੇ। ਹੁਣ ਮੈਂ ਬਾਕੀ ਲੋਕਾਂ ਨੂੰ ਇਹ ਅਪੀਲ ਕਰਦਾ ਵੀ ਕੋਈ ਗੱਲ ਨਹੀਂ, ਆਪਾਂ ਰਲ ਮਿਲ ਕੇ ਖਾ ਲਾਂਗੇ। ਮਿੱਤਰੋ, ਰਲ ਮਿਲ ਕੇ ਖਾਓ ਹਰ ਬੰਦੇ ਨਾਲ, ਨਾਲ ਦੇ ਘਰ ਵਾਲੇ ਨੂੰ ਕੁਛ ਮਾੜਾ ਮੋਟਾ ਉਹਦੇ ਨਾਲ ਵੰਡੋ, ਨਾਲ ਦੇ ਪਰਿਵਾਰ ਨਾਲ ਵੰਡੋ, ਕੋਈ ਬੰਦਾ ਲੋੜਵੰਦ ਆ ਉਹਦੇ ਨਾਲ ਵੰਡੋ, ਵੰਡ ਕੇ ਛਕੋ, ਤੁਹਾਡਾ ਘਰ ਭਰ ਜੇ। ਇਹ ਆਪਾਂ ਇਹੋ ਜਿਹੀ ਕੌਮ ਨਹੀਂ ਆ, ਇਹੋ ਜਿਹਾ ਜਜ਼ਬਾ ਨਹੀਂ ਆ ਸਾਡੇ 'ਚ, ਇਹ ਗੱਲਾਂ ਕਿੱਥੋਂ ਆ ਗਈਆਂ ਸਾਡੇ 'ਚ, ਇਸ ਇਹਨਾਂ ਗੱਲਾਂ ਤੋਂ ਤਿਆਗ ਕਰੋ। ਸੋ ਦੈਟਸ ਆਲ ਆਈ ਵਾਂਟਡ ਟੂ ਸੇ। ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਲੋ ਮੈਂ ਕਿਹੜਾ ਇੱਥੇ ਕੁਛ ਪਕਵਾਨ ਨਹੀਂ ਅਫੋਰਡ ਕਰ ਸਕਦਾ, ਮੈਂ ਤੁਹਾਨੂੰ ਆਪਦੀ ਗੱਲ ਦੱਸਦਾ। ਲੋ ਆਹ ਮੇਰਾ ਖਾਣਾ ਜੀ, ਮੈਂ ਤੁਹਾਨੂੰ ਆਪਦਾ ਖਾਣਾ ਦਿਖਾਉਣਾ। ਸੋ ਮੈਂ ਕਿਹੜਾ ਮੇਰੇ ਘਰ ਕਿਹੜਾ ਵੀ ਪਕਵਾਨ ਨਹੀਂ ਪੱਕ ਸਕਦੇ ਜਾਂ ਮੈਂ ਅਫੋਰਡ ਨਹੀਂ ਕਰ ਸਕਦਾ। ਸੋ ਆਹ ਮੇਰੇ ਛੋਲੇ ਪਏ ਆ, ਇੱਕ ਦੁੱਧ ਦਾ ਪੈਕਟ ਪਿਆ, ਆਹ ਦੋ ਹੋਰ ਮੈਨੂੰ ਬਣਾਉਣੀਆਂ ਨਹੀਂ ਆਉਂਦੀਆਂ ਰੋਟੀਆਂ, ਕਿਉਂਕਿ ਜਿਹੜਾ ਬੰਦਾ ਆਪਣੇ ਘਰ ਰੋਟੀ ਬਣਾਉਂਦਾ ਸੀ ਉਹਨੂੰ ਮੈਂ ਛੁੱਟੀ ਦੇ ਰੱਖੀ ਆ। ਸੋ ਆਹ ਮੇਰਾ ਖਾਣਾ, ਮੈਂ ਇਦੋਂ ਜ਼ਿਆਦਾ ਵੀ ਲਿਆ ਸਕਦਾ ਸੀ, ਪਰ ਮੈਂ ਗੱਲ ਇਹੀ ਸੋਚੀ ਵੀ ਕੋਈ ਗੱਲ ਨਹੀਂ ਯਾਰ, ਅੱਜ ਕਿਸੇ ਹੋਰ ਨੂੰ ਮਿਲ ਜੂਗਾ, ਜਦੋਂ ਇਹ ਖਤਮ ਹੋ ਜੂਗਾ ਆਪਾਂ ਹੋਰ ਲੈ ਆਵਾਂਗੇ। ਸੋ ਆਪਦੇ ਆਪਦੇ ਕਿਰਦਾਰਾਂ 'ਤੇ ਕੰਮ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ। ਸੋ ਦੈਟਸ ਵਾਈ ਆਈ ਜਸਟ ਵਾਂਟਡ ਟੂ ਸ਼ੇਅਰ ਮਾਈ ਥੋਟਸ ਵਿਦ ਯੂ ਗਾਈਸ। ਕਿਰਦਾਰਾਂ 'ਤੇ ਕਿਰਦਾਰ ਕਮਾਉਣੇ ਪੈਂਦੇ ਆ, ਉਹਨਾਂ 'ਤੇ ਕੰਮ ਕਰਨਾ ਪੈਂਦਾ। ਸੋ ਜਿਉਂਦੇ ਵਾਸਤੇ ਰਹੋ ਜੀ, ਮੇਰੇ ਵੱਲੋਂ ਹਮੇਸ਼ਾ ਪਿਆਰ ਸਤਿਕਾਰ, ਐਂਡ ਆਈ ਫੀਲ ਦਿਸ ਇਜ਼ ਅ ਟਾਈਮ ਵੈਨ ਵੀਲ ਕਮ ਆਲ ਟੂਗੈਦਰ, ਐਵਰੀਵਨ ਇਜ਼ ਯੂ ਨੋ ਵੀ ਆਰ ਆਲ ਕਨੈਕਟਡ, ਸੋ ਐਵਰੀਵਨ ਅਰਾਊਂਡ ਅਸ ਇਜ਼ ਅ ਫੈਮਲੀ, ਇਜ਼ ਅ ਫੈਮਲੀ ਮੈਂਬਰ। ਸੋ ਬੀ ਦੇਅਰ ਫੋਰ ਈਚ ਅਦਰ, ਐਂਡ ਦੈਟਸ ਵਾਟ ਹਿਊਮੈਨਿਟੀ ਇਜ਼ ਆਲ ਅਬਾਊਟ। ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ। ਸੋ ਦੋਸਤੋ, ਜਿਵੇਂ ਤੁਸੀਂ ਇਹ ਵੀਡੀਓ ਦੇਖੀ ਜਿਸ ਵਿੱਚ ਦੀਪ ਸਿੱਧੂ ਨੇ ਕਿਹਾ ਕਿ ਸਰਕਾਰ ਇਸ ਮੁਸੀਬਤ ਦੀ ਘੜੀ ਵਿੱਚ ਸਹੀ ਢੰਗ ਨਾਲ ਪਲੈਨਿੰਗ ਨਹੀਂ ਕਰ ਸਕੀ, ਜਿਸ ਕਾਰਨ ਹੀ ਦੇਸ਼ ਦੇ ਲੋਕਾਂ ਨੂੰ ਹੋਰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਤੁਸੀਂ ਇਸ ਵੀਡੀਓ ਹੇਠਾਂ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ, ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰੋ, ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰ ਦਿਓ, ਅਤੇ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਇੰਨੇ ਸ਼ਬਦਾਂ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।